ਆਜ਼ਾ ਤੇ ਵੀ ਟੋਲ ਦੇ ਰੇਟਾਂ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਤੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਇਜ਼ਾਫਾ ਹੋਇਆ ਹੈ ਜਿਸ ਤੋਂ ਬਾਅਦ ਲੋਕ ਪਰੇਸ਼ਾਨ ਦਿਖਾਈ ਦੇ ਰਹੇ ਨੇ। ਸੋ ਅੱਜ ਅਸੀਂ ਪਹੁੰਚੇ ਆ ਮਾਨਾਵਾਲੀ ਦੇ ਟੋਲ ਪਲਾਜ਼ੇ ਦੇ ਉੱਤੇ ਅੰਮ੍ਰਿਤਸਰ ਦੇ ਉੱਤੇ। ਟੋਲ ਦਾ ਭਾਰ ਜਿਹੜਾ ਹੈ ਲੋਕਾਂ ਦੇ ਉੱਤੇ ਪੈ ਚੁੱਕਿਆ ਹੈ। ਲਿਸਟ ਜਿਹੜੀ ਹੈ ਨਵੀਂ ਜਾਰੀ ਹੋ ਚੁੱਕੀ ਹੈ, ਤੁਸੀਂ ਦੇਖ ਸਕਦੇ ਹੋ ਨਵੀਂ ਲਿਸਟ ਹੈ ਜਿਹੜੀ ਕਿ ਅੱਜ ਰਾਤ ਨੂੰ 31 ਮਾਰਚ ਰਾਤ ਨੂੰ ਜਿਹੜੀ ਹੈ 12 ਵਜੇ ਲਾਗੂ ਹੋ ਜਾਵੇਗੀ। ਤਕਰੀਬਨ ਅਸੀਂ ਕਹਿ ਲਈਏ ਤਾਂ 25 ਰੁਪਏ ਤੱਕ ਦਾ ਵਾਧਾ ਆਮ ਕਾਰ ਦੇ ਉੱਤੇ ਕਰ ਦਿੱਤਾ ਗਿਆ। ਇੱਧਰ ਤੁਸੀਂ ਦੇਖ ਸਕਦੇ ਹੋ ਕਿਸਾਨ ਵੀ ਮੌਜੂਦ ਹੋ ਗਏ ਨੇ, ਕਿਸਾਨ ਵੀ ਕਿਤੇ ਨਾ ਕਿਤੇ ਆਪਣੀ ਹਾਜ਼ਰੀ ਲਵਾਉਣ ਵਾਸਤੇ ਆ ਚੁੱਕੇ ਨੇ। ਇੱਧਰ ਲੋਕ ਜਿਹੜੇ ਨੇ ਉਹ ਵੀ ਮੌਜੂਦ ਨੇ, ਤੁਸੀਂ ਦੇਖ ਸਕਦੇ ਹੋ ਇੱਕ ਇੱਕ ਕਰਕੇ ਲੋਕ ਵੀ ਲੰਘ ਰਹੇ ਨੇ। ਪਰ ਕੀ ਕਰਨ, ਲੋਕਾਂ ਨੇ ਆਪਣੇ ਪਰਿਵਾਰਾਂ ਦੇ ਨਾਲ ਜਾਣਾ ਹੈ। ਤਾਂ ਇਹ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਟੋਲ ਜਿਹੜਾ ਹੈ ਇੱਕ ਵਾਰ ਫੇਰ ਵਾਧਾ ਕਰ ਦਿੱਤਾ ਗਿਆ ਹੈ। 25 ਤੋਂ 30 ਰੁਪਏ ਦਾ ਜਿਹੜਾ ਵਾਧਾ ਹੈ ਉਹ ਅੱਜ ਰਾਤ ਕਰ ਦਿੱਤਾ ਜਾਣਾ ਹੈ। ਸਾਡੇ ਨਾਲ ਇੱਥੇ ਕੁਝ ਲੋਕ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਅਸੀਂ ਜ਼ਰੂਰ ਕਰ ਲੈਂਦੇ ਹਾਂ। ਭਾਜੀ 25 ਰੁਪਏ ਇੱਕ ਆਮ ਕਾਰ ਦੇ ਉੱਤੇ ਵਾਧਾ ਕਰ ਦਿੱਤਾ ਗਿਆ, ਅੱਜ ਰਾਤ ਦੀ ਲਿਸਟ ਹੈ, ਰਾਤ ਨੂੰ ਲਾਗੂ ਹੋ ਜਾਣੇ, ਕਿਵੇਂ ਦੇਖ ਰਹੇ ਹੋ? ਕਾਹਦਾ ਮੈਂ ਸਮਝ ਨਹੀਂ। 25 ਰੁਪਏ ਕਾਰ ਦੇ ਉੱਤੇ ਵਾਧਾ ਕਰ ਦਿੱਤਾ ਗਿਆ ਟੋਲ ਦਾ ਸਰਕਾਰ। ਮਾੜਾ ਕਰਿਆ ਸਗੋਂ ਘਟਾਉਣਾ ਚਾਹਿਆ ਦੀ ਲੋਕਿਆ ਮਾਲੀ ਲਿਸਟ ਮੇਰੇ ਕੋਲ ਹੈ। 25 ਲੋਕੀ ਦਾ ਮਾਲੀ ਹਾਲ ਚ ਇੰਨੇ ਕਮਜ਼ੋਰ ਹੋ ਗਏ, ਛੱਡਦੇ ਗੱਲਾਂ। ਇਹਨਾਂ ਨੂੰ ਸਗੋਂ ਬਲ ਕੇ 25 ਰੁਪਏ ਛੋਟ ਕਰਨੀ ਚਾਹੀਦੀ ਸੀ, ਇਹਨਾਂ ਉਲਟਾ ਵਧਾ ਦਿਆ। ਤੇ ਕਾਰ ਦੀ ਜੇਕਰ ਅਸੀਂ ਗੱਲ ਕਰੀਏ, ਪਹਿਲਾਂ 30 ਰੁਪਏ ਰੇਟ ਹੁੰਦਾ ਸੀਗਾ ਤੇ 55 ਰੁਪਏ ਕਰ ਦਿੱਤਾ ਗਿਆ ਹੈ। ਤੇ ਨਾਲ ਹੀ ਲਾਈਟ ਜਿਹੜਾ ਕਮਰਸ਼ੀਅਲ ਹੈ ਉਸ ਦਾ ਵੀ ਰੇਟ ਜਿਹੜਾ 95 ਦੇ ਨੀਅਰ ਅਬਾਊਟ ਕਰ ਦਿੱਤਾ। ਇੱਧਰ ਕੁਝ ਕਿਸਾਨ ਮੌਜੂਦ ਨੇ, ਆਪਣੀ ਹਾਜ਼ਰੀ ਲਵਾਉਣ ਵਾਸਤੇ ਆਏ ਨੇ, ਉਹਨਾਂ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਕਿਉਂਕਿ ਇੱਕ ਸਾਲ ਤੋਂ ਕਿਸਾਨ ਜਿਹੜੇ ਸੀਗੇ ਉਹ ਸੜਕਾਂ ਤੇ ਬੈਠੇ ਰਹੇ। ਕਿਸਾਨ ਆਗੂ ਮੰਗਲ ਸਿੰਘ ਸਾਡੇ ਨਾਲ ਮੌਜੂਦ ਨੇ, ਮੰਗਲ ਸਿੰਘ ਹੁਣਾਂ ਨਾਲ ਗੱਲਬਾਤ ਕਰਾਂਗੇ। ਮੰਗਲ ਸਿੰਘ ਜੀ, ਕੀ ਲੱਗਦਾ ਕਿ ਸਰਕਾਰਾਂ ਨੂੰ ਅਜਿਹੇ ਕਦਮ ਕਿਉਂ ਚੁੱਕਣੇ ਪੈਂਦੇ ਨੇ, ਕਿਉਂ ਲੋਕਾਂ ਦੇ ਉੱਤੇ ਭਾਰ ਪਾਉਣਾ ਪੈਂਦਾ? ਇਹ ਸਰਕਾਰਾਂ ਜਾਣ ਬੁੱਝ ਕੇ ਤੰਗ ਕਰ ਰਹੀਆਂ ਵਾ। ਜਦੋਂ ਅਸੀਂ ਗੱਡੀ ਲੈਂਦੇ ਹਾਂ, ਮੈਂ ਵੀ 10,11,000 ਦੀ ਗੱਡੀ ਲਈ, 75,000 ਰੁਪਇਆ ਮੈਂ ਟੈਕਸ ਕਟਾ ਚੁੱਕਾ ਵਾਂ। 75,000 ਰੁਪਇਆ ਉਸੇ ਵੇਲੇ ਮੈਂ ਟੈਕਸ ਕਟਾ ਚੁੱਕਾ ਵਾਂ। ਇਹ ਸਰਕਾਰ ਜਾਣ ਬੁੱਝ ਕੇ ਲੋਕਾਂ ਨੂੰ ਤੰਗ ਕਰ ਰਹੀ ਆ। ਵੇਖੋ ਲੋਕੀ ਕਿੱਦਾਂ ਹਾਰਨ ਮਾਰ ਰਹੇ ਆ, ਲੋਕ ਦੁਖੀ ਆ ਬਹੁਤ ਜ਼ਿਆਦੇ। ਇਸ ਕਰਕੇ ਸਰਕਾਰ ਨੂੰ, ਜਨਤਾ ਨੂੰ ਤੰਗ ਨਹੀਂ ਕਰਨਾ ਚਾਹੀਦਾ। ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਇੱਕ ਸਾਲ ਲਗਾਤਾਰ ਕਿਸਾਨ ਅੰਦੋਲਨ ਰਿਹਾ, ਤੁਸੀਂ ਇੱਥੇ ਧਰਨੇ ਤੇ ਇੱਥੇ ਬੈਠੇ ਰਹੇ, ਅਗਲੀ ਰਣਨੀਤੀ ਕੀ ਹੋਵੇਗੀ? ਜਿਵੇਂ ਕਿ ਕਿਸਾਨ ਅੰਦੋਲਨ ਇੱਕ ਫੇਰ ਵੱਡਾ ਜਿਹੜਾ ਵਿਢਣ ਜਾ ਰਿਹਾ। ਅਗਲੀ ਰਣਨੀਤੀ ਅਸੀਂ ਆਪਣੀ ਸਵੇਰੇ ਜਥੇਬੰਦੀ ਦੀ ਮੀਟਿੰਗ ਹੈ, ਇੱਥੇ ਟੋਲ ਪਲਾਜ਼ੇ ਤੇ ਭਲਕੇ ਮੀਟਿੰਗ ਹੋਊਗੀ, ਤੇ 3 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ ਚੰਡੀਗੜ੍ਹ ਦੇ ਵਿੱਚ। ਜੋ ਵੀ ਫੈਸਲਾ ਆਊਗਾ ਉਸ ਫੈਸਲੇ ਦੇ ਫੁੱਲ ਚੜਾਉਂਦਿਆਂ, ਟੋਲ ਪਲਾਜ਼ਾ ਜਿੰਨਾ ਚਿਰ ਸਰਕਾਰਾਂ ਰੇਟ ਨਹੀਂ ਘੱਟ ਕਰਦੀਆਂ, ਪੱਕੇ ਤੌਰ ਤੇ ਮੋਰਚਾ ਉੱਤੇ ਫਿਰ ਲਾਇਆ ਜਾਊਗਾ। ਕੈਮਰਾਮੈਨ ਸ਼ੁਭਮ ਦੇ ਨਾਲ ਪਰਮਵੀਰ ਔਲਖ, ਜ਼ੀ ਮੀਡੀਆ, ਅੰਮ੍ਰਿਤਸਰ।